ਪੁਰਾ ਮੇਰੇ ਮੱਝ ਪੰਮ ਡੱਕਣ ਵਿਰ ਮਣੀ ਸਿੱਖਾ ਪਜੰ ਸਮਾਧਿਆਮੀ ਚੁਰਾ ਮੇਰੇ ਮੱਝ ਪੰਮ ਡੱਕਣ ਵਿਰ ਮਣੀ ਸਿੱਖਾ। ਸਮਣ ਸੰਘ ਕੀ ਵਿਸ਼ੇਸ਼ਤਾ? ਸਮਣ ਸੰਘ ਸੰਘ ਕਾ ਜੋ ਨੇਤਤਵ ਹੈ ਸਾਮੂਹਿਕ ਨੇਤਤਵ ਹੈ, ਯਾਨੀ ਕਿ ਸਭੀ ਲੋਕੋ ਕਾ ਯਹਾਂ ਫੈਸਲਾ ਹੋਤਾ ਹੈ ਜੋ ਬਹੁਮਤ ਸੇ ਹੋਤਾ ਹੈ। ਜੈਸੇ ਬੁੱਧ ਸੇ ਪਹਿਲੇ ਹੋਤਾ ਥਾ ਵਜੀ ਲੋਗੋ ਮੈਂ ਔਰ ਸਾਕੇ ਲੋਗੋ ਮੈਂ, ਵਹੀ ਸਮਣ ਸੰਘ ਕੀ ਤਰ੍ਹਾਂ ਹੈ। ਪੂਰਾ ਕਾ ਪੂਰਾ ਸੰਘ ਬੈਠਤਾ ਹੈ, ਵੋ ਨਿਰਣੇ ਲੇਤਾ ਹੈ। ਯਹਾਂ ਏਕ ਵਿਅਕਤੀ ਕੇ ਨਿਰਣੇ ਕੀ ਕੋਈ ਅਹਿਮੀਅਤ ਨਹੀਂ ਹੈ, ਏਕ ਵਿਅਕਤੀ ਕੀ ਯਹਾਂ ਕੋਈ ਔਕਾਤ ਨਹੀਂ ਹੈ। ਨੰਬਰ ਏਕ। ਨੰਬਰ ਦੋ, ਸਮਣ ਸੰਘ ਕਾ ਨੇਤਵਤ ਵਿਅਕਤੀ ਨਹੀਂ ਕਰਤਾ, ਸੰਘ ਖੁਦ ਆਪਣਾ ਨੇਤਵਤ ਕਰਤਾ ਹੈ। ਇਸ ਲਈ ਅਗਰ ਕਭੀ ਐਸਾ ਲਗੇ ਕਿ ਕੋਈ ਵਿਅਕਤੀ ਨੇਤਵਤ ਕਰ ਰਿਹਾ ਹੈ, ਤੋ ਆਪ ਉਸਕੋ ਸੀਧੇ ਸੀਧੇ ਚੈਲੇਂਜ ਕਰ ਸਕਤੇ ਹੈ, ਕਿਉਂਕਿ ਸੰਘ ਕੇ ਅੰਦਰ ਵਿਅਕਤੀ ਆਪਣਾ ਵਿਚਾਰ ਰੱਖ ਸਕਤਾ ਹੈ, ਵਿਅਕਤੀ ਆਪਣੀ ਬਾਤ ਰੱਖ ਸਕਤਾ ਹੈ, ਵਿਅਕਤੀ ਆਪਣਾ ਏਜੰਡਾ ਰੱਖ ਸਕਤਾ ਹੈ, ਵਿਅਕਤੀ ਕੋ ਜੋ ਕਰਨਾ ਹੈ ਵੋ ਕਾਰਿਆ ਰੱਖ ਸਕਤਾ ਹੈ, ਮਗਰ ਸੰਘ ਹੀ ਪਾਸ ਕਰੇਗਾ, ਤਬ ਵੋ ਹੋਗਾ, ਵੋ ਵੀ ਬਹੁਮਤ ਸੇ ਪਾਸ ਕਰੇਗਾ। ਨੰਬਰ ਦੋ, ਸੰਘ ਕੋ ਪੈਸੇ ਕੀ ਆਵਸ਼ਕਤਾ ਨਹੀਂ ਹੋਤੀ। ਪਹਿਲੇ ਵੀ ਜਿਤਨੇ ਸੰਘ ਬਨੇ ਹੈ ਬੁੱਧ ਕੇ ਸਮੇਂ ਔਰ ਬੁੱਧ ਸੇ ਪਹਿਲੇ, ਉਨ੍ਹੋਂਨੇ ਵੀ ਪੈਸਾ ਨਹੀਂ ਇਕੱਠਾ ਕੀਆ। ਜਬ ਕਭੀ ਕੋਈ ਆਵਸ਼ਕਤਾ ਹੋਤੀ ਹੈ ਤੋ ਲੋਕ ਆਪਣੀ ਆਵਸ਼ਕਤਾ ਕੇ ਅਨੁਸਾਰ ਖੁਦ ਹੀ ਕਾਮ ਕਰਤੇ ਹੈ। ਜੈਸੇ ਵੀ ਦਾ ਪੀਪਲ ਸਮਣ ਸੰਘ ਕੀ ਜੋ ਮੀਟਿੰਗ ਲਗਤੀ ਹੈ, ਸਭਾ ਲਗਤੀ ਹੈ, ਉਸਮੇ ਲੋਕ ਆਪਣਾ ਖਾਣਾ ਖੁਦ ਲੈ ਕੇ ਆਤੇ ਹੈ, ਆਪਣੇ ਕਿਰਾਏ ਸੇ ਆਤੇ ਹੈ, ਔਰ ਜਿਸ ਜਗ੍ਹਾ ਆਤੇ ਹੈ ਵੋ ਜਗ੍ਹਾ ਅਮੂਮਨ ਫ੍ਰੀ ਕੀ ਹੋਤੀ ਹੈ, ਫ੍ਰੀ ਕੀ ਜਗ੍ਹਾ ਬੈਠਤੇ ਹੈ। ਕੋਈ ਪਾਰਕ ਹੈ, ਕੋਈ ਵਾਲਮੀਕੀ ਮੰਦਿਰ ਹੈ, ਕੋਈ ਰਵਿਦਾਸ ਮੰਦਿਰ ਹੈ, ਕੋਈ ਗੁਰਦੁਆਰਾ ਹੈ, ਕੋਈ ਗੌਰਮੈਂਟ ਕਾ ਹੈ, ਜਾਂ ਕੋਈ ਸਤਨਾਮ ਭਵਨ ਹੈ, ਕੋਈ ਗਾਡਗੇ ਭਵਨ ਹੈ, ਕੋਈ ਕਬੀਰ ਭਵਨ ਹੈ, ਕੋਈ ਅੰਬੇਡਕਰ ਭਵਨ ਹੈ, ਕੋਈ ਬੁੱਧ ਵਿਹਾਰ ਹੈ, ਜਾਂ ਕੋਈ ਸੜਕ ਕਾ ਕੋਈ ਕੋਨਾ ਹੈ। ਔਰ ਅਗਰ ਪੈਸੇ ਕੀ ਵੀ ਲੈਣੀ ਪੜਤੀ ਹੈ ਤੋ ਹਰ ਵਿਅਕਤੀ ਬਰਾਬਰ ਪੈਸੇ ਦੇਤਾ ਹੈ। ਜੈਸੇ 26 ਦਸੰਬਰ ਕੋ ਜੋ ਲਖਨਊ ਮੈਂ ਡਾਕਟਰਸ ਕੀ ਮੀਟਿੰਗ ਹੈ, ਉਸਮੇ ਖਾਣੇ ਕਾ ਔਰ ਰਹਿਣੇ ਕਾ ਹਰ ਡਾਕਟਰ ਆਪਣਾ ਪੈਸਾ ਖੁਦ ਦੇਗਾ, ਜਿਤਨਾ ਉਸਕੇ ਹਿੱਸੇ ਮੈਂ ਆਏਗਾ, ਇਸਸੇ ਜ਼ਿਆਦਾ ਨਹੀਂ। ਤੋ ਯਹਾਂ ਪੈਸੇ ਕੀ ਆਵਸ਼ਕਤਾ ਨਹੀਂ ਪੜਤੀ, ਔਰ ਯਹਾਂ ਮੰਚ ਮਾਲਾ ਮਾਇਕ ਸੇ ਦੂਰ ਰਹਿਤੇ ਹੈ, ਕਿਉਂਕਿ ਮੰਚ ਮਾਲਾ ਮਾਇਕ ਕਾ ਯਹਾਂ ਕੋਈ ਕਾਮ ਨਹੀਂ ਹੈ। ਮਿਲਨੇ ਔਰ ਜੁੜਨੇ ਕੇ ਲੀਏ 200 ਆਦਮੀਓ ਤੱਕ ਆਦਮੀ ਮੂੰਹ ਸੇ ਬੋਲ ਸਕਤਾ ਹੈ, ਇਸਸੇ ਜ਼ਿਆਦਾ ਅਗਰ ਬੋਲੇਗਾ ਤੋ ਜੋ ਲੋਕ ਮੀਟਿੰਗ ਲਗਾਤੇ ਹੈ ਵੋ ਆਪਸ ਮੈਂ ਤੈਅ ਕਰ ਲੈਤੇ ਹੈ ਕਿ ਕੈਸੇ ਕਰੇਂਗੇ ਕੈਸੇ ਨਹੀਂ। ਕੋਸ਼ਿਸ਼ ਕਰਤੇ ਹੈ ਕਿ ਫ੍ਰੀ ਕੀ ਮੰਚ ਮਾਲਾ ਮਿਲ ਜਾਏ, ਮਾਲਾ ਕੀ ਤੋ ਆਵਸ਼ਕਤਾ ਨਹੀਂ ਹੈ, ਫ੍ਰੀ ਕਾ ਮੰਚ ਮਿਲ ਜਾਏ ਜਾਂ ਫ੍ਰੀ ਕਾ ਕੋਈ ਮਾਇਕ ਮਿਲ ਜਾਏ ਤੋ ਕਾਮ ਬਣ ਜਾਤਾ ਹੈ। ਸਮਣ ਸੰਘ ਕਾ ਇੱਕ ਨਿਯਮ ਜੋ ਸਭਸੇ ਇੰਪੋਰਟੈਂਟ ਹੈ ਵੋ ਯੇ ਹੈ ਕਿ ਯਹਾਂ ਜੋ ਮੈਂਬਰਸ਼ਿਪ ਹੈ ਉਸਕਾ ਕੋਈ ਪੈਸਾ ਨਹੀਂ ਹੈ, ਯਾਨੀ ਮੈਂਬਰਸ਼ਿਪ ਕੇ ਲਈ ਕੋਈ ਪੈਸਾ ਨਹੀਂ ਹੈ। ਔਰ ਜਿਤਨੇ ਵੀ ਸਮਣ ਸੰਘ ਮੈਂ ਲੋਕ ਹੈ, ਚਾਹੇ ਵੋ ਮੂਲ ਨਿਵਾਸੀ ਹੈ, ਚਾਹੇ ਬਹੁਜਨ ਹੈ, ਚਾਹੇ SC ਹੈ, ਚਾਹੇ ST ਹੈ, ਚਾਹੇ OBC ਹੈ, ਚਾਹੇ ਮਾਂ ਕੇ ਪੇਟ ਮੈਂ ਹੈ ਜੋ ਅਭੀ ਪੈਦਾ ਨਹੀਂ ਹੁਆ, ਚਾਹੇ ਕੋਈ ਬੂੜਾ ਹੈ ਜੋ ਹਾਸਪਿਟਲ ਮੈਂ ਹੈ, ਚਾਹੇ ਕੋਈ ਜੇਲ੍ਹ ਕੇ ਅੰਦਰ ਆਪਣੀ ਸਜ਼ਾ ਭੁਗਤ ਰਿਹਾ ਹੈ, ਸਮਣ ਸੰਘ ਸਾਰੇ ਹੀ ਮੈਂਬਰ ਕੋ ਆਪਣੇ ਅੰਦਰ ਲੈ ਕੇ ਆਤਾ ਹੈ, ਯਾਨੀ ਕਿ ਹਰ ਵਿਅਕਤੀ ਇਸਕਾ ਮੈਂਬਰ ਹੈ। ਇਸਕੇ ਦੋ ਤਰ੍ਹਾਂ ਕੇ ਮੈਂਬਰ ਹੋਤੇ ਹੈ, ਇੱਕ ਤੋਂ ਜੈਸਾ ਬਤਾਇਆ ਕਿ ਹਰ ਵਿਅਕਤੀ ਇਸਕਾ ਮੈਂਬਰ ਹੈ ਪੈਦਾਇਸ਼ੀ, ਕਿਉਂਕਿ ਉਸਕਾ ਰਾਈਟ ਬਣ ਜਾਤਾ ਹੈ ਅਗਰ ਵੋ ਸਮਣ ਹੈ ਤੋ। ਔਰ ਦੂਸਰਾ ਜੋ ਇਸਮੇਂ ਜ਼ਿਆਦਾ ਕਾਮ ਕਰਤੇ ਹੈ ਵੋ ਇਸਕੇ ਐਕਟਿਵ ਮੈਂਬਰ ਹੋਤੇ ਹੈ, ਉਨਕੋ ਸਪੋਕ ਵੀ ਬੋਲਤੇ ਹੈ, ਐਕਟਿਵ ਮੈਂਬਰ ਵੀ ਬੋਲਤੇ ਹੈ। ਵੋ ਯਹਾਂ ਵਿਵਸਥਾ ਦੇਖਤੇ ਹੈ, ਯਹਾਂ ਕਾਮ ਦੇਖਤੇ ਹੈ, ਔਰ ਯਹਾਂ ਬਹੁਤ ਅੱਛੀ ਤਰ੍ਹਾਂ ਸੇ ਆਪਸ ਮੈਂ ਮਿਲਜੁਲ ਕੇ ਕਾਮ ਹੋਤਾ ਹੈ। ਇੱਕ ਸੰਘ ਕੀ ਵਿਸ਼ੇਸ਼ਤਾ ਯੇ ਵੀ ਹੈ ਕਿ ਇਸਕੀ ਕੋਈ ਅਲਗ ਸੈਪਰੇਟ ਵਿੰਗ ਨਹੀਂ ਹੋਤੀ, ਜੈਸੇ ਪੋਲੀਟੀਕਲ ਵਿੰਗ ਹੈ ਜਾਂ ਰਿਲੀਜੀਅਸ ਵਿੰਗ ਹੈ ਜਾਂ ਕੋਈ ਸਰਕਾਰੀ ਕਰਮਚਾਰੀ ਕੀ ਵਿੰਗ ਹੈ। ਜਿਤਨੀ ਵੀ ਵਿੰਗ ਬਨੀ ਹੋਈ ਹੈ, ਜੋ ਲੋਕ ਕਾਮ ਕਰ ਰਹੇ ਹੈ, ਵੋ ਸਭ ਇਸਕੇ ਮੈਂਬਰ ਹੋਤੇ ਹੈ, ਤੋ ਵੋ ਸਭ ਇਸਕੇ ਅੰਦਰ ਆ ਜਾਤੇ ਹੈ। ਤੋ ਪੋਲੀਟੀਕਲ ਵਿਊਜ਼ ਵੀ ਇਸਕੇ ਬਿਲਕੁਲ ਸਪਸ਼ਟ ਹੈ ਕਿ ਜਿਤਨੇ ਵੀ ਸਮਣ ਸੰਘ ਕੀ ਰਾਜਨੀਤਿਕ ਪਾਰਟੀਆਂ ਹੈ, ਵੋ ਸਭ ਕੋ ਸਾਥ ਆਨਾ ਹੋਗਾ। ਜੋ ਰਿਲੀਜੀਅਸ ਵਿਊ ਹੈ ਵੋ ਸਮਣ ਸੰਘ ਕਾ ਬਿਲਕੁਲ ਸਪਸ਼ਟ ਹੈ, ਜੈਸਾ ਸੰਵਿਧਾਨ ਮੈਂ ਦਿਆ ਹੈ, ਰਿਲੀਜੀਅਸ ਪੁਆਇੰਟ ਵਹੀ ਹੈ ਸੇਮ। ਔਰ ਜੋ ਸਭਸੇ ਖਾਸ ਇੰਪੋਰਟੈਂਟ ਹੈ ਕਿ ਆਪ ਸਮਣ ਸੰਘ ਵਿਦਾ ਪੀਪਲ ਕੀ ਆਈਡੀਓਲੋਜੀ ਕੋ ਸਮਝੇ, ਜੁੜਨਾ ਹੈ ਔਰ ਜੋੜਨਾ ਹੈ, ਏਕ ਲਾਈਨ ਮੈਂ ਹੈ, ਜੁੜਨਾ ਹੈ ਔਰ ਜੋੜਨਾ ਹੈ, ਜਿੱਦ ਹੈ ਜੁੜਨੇ ਕੀ ਔਰ ਜੋੜਨੇ ਕੀ, ਜੁੜੇਂਗੇ ਜਿੰਦਾ ਰਹੇਂਗੇ, ਜਿੱਦ ਹੈ ਜਿੰਦਾ ਰਹਿਣੇ ਕੀ, ਜਬ ਜਬ ਜੁੜੇ ਹੈ ਤਬ ਤਬ ਜੀਤੇ ਹੈ, ਜੈਸੇ ਜੈਸੇ ਜੁੜੇ ਹੈ ਵੈਸੇ ਵੈਸੇ ਜੀਤੇ ਹੈ, ਜਹਾਂ ਜਹਾਂ ਜੁੜੇ ਹੈ ਵਹਾਂ ਵਹਾਂ ਜੀਤੇ ਹੈ, ਜਿਤਨੇ ਜਿਤਨੇ ਜੁੜੇ ਹੈ ਉਤਨੇ ਉਤਨੇ ਜੀਤੇ ਹੈ, ਪਹਿਲੇ ਵੀ ਜੁੜੇ ਥੇ ਜੀਤੇ ਥੇ, ਅਬ ਵੀ ਜੁੜੇਂਗੇ ਜੀਤੇਂਗੇ, ਜੁੜੇਂਗੇ ਨਹੀਂ ਤੋ ਖਤਮ ਹੋ ਜਾਏਂਗੇ, ਨਸਲ ਖਤਮ ਹੋ ਜਾਏਗੀ। ਜੈਸੇ ਜੰਗਲ ਕੇ ਅੰਦਰ ਜੋ ਜਾਨਵਰ ਸਮੂਹ ਮੈਂ ਨਹੀਂ ਰਹਿਤੇ ਵੋ ਖਤਮ ਹੋ ਗਏ, ਪੇੜ ਵੀ ਸਮੂਹ ਮੈਂ ਰਹਿਤੇ, ਯਹਾਂ ਤੱਕ ਕਿ ਝਾੜੀ ਵੀ ਸਮੁੰਦਰ ਮੈਂ ਰਹਿਤੀ ਹੈ, ਮਛਲੀਆਂ ਵੀ ਇਕੱਠੀ ਰਹਿਤੀ ਹੈ, ਸਮੂਹ ਮੈਂ ਰਹਿਤੀ ਹੈ। ਇਸ ਲਈ ਇਕੱਠਾ ਹੋਣਾ ਜੁੜਨਾ ਇਸਕੀ ਟੈਗ ਲਾਈਨ ਹੈ, ਇਸਕੀ ਜਾਨ ਹੈ, ਇਸਕੀ ਆਈਡੀਓਲੋਜੀ ਹੈ। ਉਸ ਆਈਡੀਓਲੋਜੀ ਕੋ ਅਗਰ ਆਪ ਜਾਣਤੇ ਹੈ, ਇਸਕੋ ਮਾਨਤੇ ਹੈ ਔਰ ਯੇ ਸਮਝਤੇ ਹੈ ਕਿ ਬਿਨਾਂ ਜੁੜੇ ਹਮਾਰਾ ਕਲਿਆਣ ਨਹੀਂ ਹੋ ਸਕਤਾ, ਤੋ ਸਮਣ ਸੰਘ ਆਪਕੇ ਲੀਏ ਹੈ, ਵੀ ਦਾ ਪੀਪਲ ਆਪਕੇ ਲੀਏ ਹੈ।
और आपको लगता है कि एकल चले, अकेले चले में सब कुछ हो जाएगा, कोई ग्रुप संगठन अकेला चलेगा ठीक हो जाएगा, तो वैसे ही मारे जाएंगे जैसे जंगल के अंदर जो अकेला जानवर घूमता है उसका कोई भी शिकार कर लेता है, उसे बचाने कोई नहीं आता और वो जातियाँ प्रजातियाँ विलुप्त हो गई, ख़त्म हो गई और बाकी हो जाएंगी। वैसे ही समर समाज की नस्लें भी ख़त्म हो जाएंगी अगर इकट्ठे नहीं हुए। इकट्ठा होना बहुत ज़रूरी है, यही समर संघ है। इसमें कुछ नंबर दिए हुए हैं, वो नंबर आप चेक कर लीजिए, देख लीजिए, आपका काम करने का मन है आ जाइए, इसमें काम कर देखिए, अच्छा ना लगे जा सकते हैं, यही पस्सी को है, आइए और देखिए। कोई बाध्यता नहीं है, कोई मेंबरशिप नहीं है, कोई पैसा नहीं है, कोई बैंक अकाउंट नहीं है, और कोई अगर वी द पीपल समर संघ के नाम से पैसे मांगता है या ये कहे कि मैं उसका पदाधिकारी हूँ, उसका नेता हूँ, तो उसके कान पे मिला के दो रखिए और उसकी FIR भी कराइए, क्योंकि यहाँ ना पद है, ना यहाँ व्यक्ति है और ना यहाँ पैसे लिए जाते हैं। धन्यवाद। Sangam Sarnam Garcham।